ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਜੋ ਕੱਲ੍ਹ ਚੰਡੀਗੜ੍ਹ ਮੋਹਾਲੀ ਲਾਗੇ ਘਟਨਾ ਵਾਪਰੀ ਆ, ਉਹਦੇ ਸੰਬੰਧ ਦੇ ਵਿੱਚ ਭਾਈ ਸੁਖਜੀਤ ਸਿੰਘ ਜੀ ਖੋਸਾ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਖੋਸਾ ਸਾਹਿਬ, ਜਿਹੜਾ ਕੱਲ ਘਟਨਾ ਹੋਈ ਆ, ਜੋ ਮਤਲਬ ਬੇਸ਼ੱਕ ਸੋਸ਼ਲ ਮੀਡੀਆ ਤੇ ਆਪਾਂ ਦੇਖ ਲਈ, ਟੈਲੀਵਿਜ਼ਨਾਂ ਤੇ ਵੀ ਦੇਖ ਲਈ ਆ, ਅਸਲ ਚ ਹੋਇਆ ਕੀ ਸੀਗਾ, ਕੀ ਪ੍ਰੋਗਰਾਮ ਕੀ ਸੀ? ਅਸਲ ਜੀ, ਜੇ ਦੇਖੋ ਇਹ ਇਕਦਮ ਖਲਾ ਆਇਆ ਸੀ। ਕਾਫੀ ਪਿਛਲੇ ਦਿਨਾਂ ਤੋਂ ਇਹ ਖਬਰਾਂ ਸੁਣਨ ਚ ਆਈਆਂ ਸੀ ਕਿ CBI ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਜਿਹੜਾ ਕੇਸ ਸੀਗਾ, ਸਤਿਗੁਰ ਸਾਹਿਬ ਦੀ ਬੇਅਦਬੀ ਵਾਲਾ, ਉਹਦੀ ਕਲੂਜ਼ਰ ਰਿਪੋਰਟ ਅਦਾਲਤ ਨੂੰ ਸਬਮਿਟ ਕਰ ਦਿੱਤੀ ਆ, ਤੇ ਮਤਲਬ ਕਿ ਦੋਸ਼ੀ ਕੋਈ ਨਹੀਂ ਹੈਗਾ ਠੀਕ ਹੈ ਸਾਡੇ CBI ਦੇ ਆਈ ਦੇ ਹਿਸਾਬ ਨਾਲ। ਪਰ ਉਹ ਜਦੋਂ ਇਹ ਖਬਰ ਸੁਣੀ ਆ ਤੇ ਹਰ ਗੁਰਸਿੱਖ ਦਾ ਹਿਰਦਾ ਵਲੂੰਦਰਿਆ ਗਿਆ ਕਿ ਸਾਡੇ ਨਾਲੇ 4 ਸਾਲ ਬਾਅਦ ਕੀ ਭਾਣਾ ਵਰਤਿਆ। ਕਿਉਂਕਿ ਉਦੋਂ ਜਦੋਂ ਇਹ 2015 ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਤੇ ਉਦੋਂ ਮੌਜੂਦਾ ਸਰਕਾਰ ਦੇ ਉੱਤੇ ਅਸਹਿਮਤੀ ਪ੍ਰਗਟਾਉਂਦਿਆਂ, ਪੁਲਿਸ ਦੇ ਨਾਲ, ਪੁਲਿਸ ਦੀ ਇਨਵੈਸਟੀਗੇਸ਼ਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਾਰੀਆਂ ਜਥੇਬੰਦੀਆਂ ਨੇ ਕਿਹਾ ਸੀ ਕਿ ਇਹਦੀ CBI ਜਾਂਚ ਮੰਗ ਰਹੀਆਂ ਸੀ ਤੇ ਸਰਕਾਰ ਨੇ ਉਦੋਂ CBI ਨੂੰ ਜਾਂਚ ਦਿੱਤੀ ਸੀ। ਪਰ ਦੇਖੋ 2 ਸਾਲ ਉਹ ਸਰਕਾਰ ਇੱਥੇ ਬੈਠੀ ਰਹੀ ਆ, 2-2.5 ਸਾਲ ਪੌਣੇ 3 ਸਾਲ ਦੇ ਲਗਭਗ ਇਹਨੂੰ ਹੋ ਗਏ ਆ। ਪਰ ਹੁਣ ਜਿਹੜੀ 4 ਸਾਲ ਦੇ ਬਾਅਦ 2015 ਦਾ 19 ਵਿੱਚ ਜਾ ਕੇ CBI ਕਹਿ ਦਿੰਦੀ ਆ ਕਿ ਅਸੀਂ ਕਲੂਜਰ ਰਿਪੋਰਟ ਪੇਸ਼ ਕਰਦੇ ਹਾਂ, ਤੇ ਇੱਕਦਮ ਸ਼ੌਕ ਲੱਗਿਆ। ਉਹਦੇ ਵਿੱਚ ਪਹਿਲਾਂ DC ਨੂੰ ਮੰਗ ਪੱਤਰ ਦਿੱਤੇ ਗਏ ਗ੍ਰਹਿ ਮੰਤਰੀ ਦੇ ਨਾਂ ਦੇ ਉੱਤੇ, ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ਉੱਤੇ DC ਨੂੰ ਮੰਗ ਪੱਤਰ ਦਿੱਤੇ ਗਏ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ। ਉਪਰੰਤ 19 ਜੁਲਾਈ ਨੂੰ ਇੱਕ ਗੁਰਮਤਾ ਕੀਤਾ ਗਿਆ ਲੁਧਿਆਣੇ ਕਿ ਅੱਗੇ ਕੀ ਹੋਣਾ ਚਾਹੀਦਾ। ਅੱਗੇ ਸੀਗਾ ਕਿ 23 ਤਰੀਕ ਨੂੰ ਜਿਹੜੀ ਇਹ ਰਿਪੋਰਟ ਹੈਗੀ ਆ ਉਹ ਅਦਾਲਤ 'ਚ CBI ਨੇ ਪੇਸ਼ ਕਰਨੀ ਆ, ਤੇ ਉਹਨੂੰ ਪਹਿਲਾਂ ਹੀ ਉਹਦੇ CBI ਦਫ਼ਤਰ ਦਾ ਘਿਰਾਓ ਕੀਤਾ ਜਾਵੇ, ਉਹਨੂੰ ਜਗਾਇਆ ਜਾਵੇ ਮੰਗ ਪੱਤਰ ਰਾਹੀਂ ਜਾਂ ਘਿਰਾਓ ਕਰਕੇ, ਵੀ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ, ਸਿੱਖਾਂ ਦਾ ਜਿਹੜਾ ਨਿਆਂ ਪ੍ਰਣਾਲੀ ਦੇਸ਼ ਦੀ ਹੈਗੀ ਉਹ ਤੋਂ ਵਿਸ਼ਵਾਸ ਕਿਉਂ ਉਠਾਉਂਦੇ ਹੋ, ਸਿੱਖਾਂ ਨਾਲ ਵੀ ਕੀ ਕਿਉਂ ਕਰਦੇ ਹੋ? ਕਿਉਂਕਿ ਤੁਸੀਂ ਇਹ ਡੀਂਗਾਂ ਮਾਰਦੇ ਨਹੀਂ ਥੱਕਦੇ ਕਿ CBI ਜਿਹੜੀ ਹੈਗੀ ਆ ਕੇਂਦਰ ਦੀ ਵੱਡੀ ਜਾਂਚ ਏਜੰਸੀ ਆ, ਤੇ ਨਿਰਪੱਖ ਆ, ਇਹ ਕਦੇ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਣ ਦਿੰਦਾ ਇੱਥੋਂ ਦਾ ਕਾਨੂੰਨ। ਪਰ ਜਿਹੜੀ ਉਹ CBI ਸੀ, ਉਹ ਆਪਾਂ ਨੂੰ ਪਤਾ ਲੱਗ ਹੀ ਚੁੱਕਾ ਕਿ CBI ਕੇਂਦਰ ਦਾ ਤੋਤਾ ਬਣ ਕੇ ਰਹਿ ਗਈ। ਸਿੱਖਾਂ ਆਪਣੇ ਗੁਰਸਿੱਖਾਂ ਨੇ ਉੱਥੇ ਮਤਾ ਪਕਾ ਕੇ ਤੇ ਚੰਡੀਗੜ੍ਹ ਦੇ ਵਿੱਚ ਆਪਣਾ ਇੱਕ ਇਕੱਠ ਰੱਖਿਆ, ਸਾਰੇ ਗੁਰਸਿੱਖ ਪਿਆਰੇ ਇਕੱਠੇ ਹੋਏ, ਅਰਦਾਸ ਬੇਨਤੀ ਤੋਂ ਉਪਰੰਤ ਚਾਲੇ ਪਾਏ, ਕਾਲੇ ਫਲੈਗ ਲੈ ਕੇ ਹੱਥਾਂ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ CBI ਦਫ਼ਤਰ ਵੱਲ ਨੂੰ ਵਧਣੇ ਸ਼ੁਰੂ ਹੋਏ, ਤੇ ਜਿੱਥੇ ਚੰਡੀਗੜ੍ਹ ਤੇ ਪੰਜਾਬ ਦੀ ਸਰਹੱਦ ਜੁੜਦੀ ਹੈ, ਮਤਲਬ ਬਾਰਡਰ ਹੈ, ਉੱਥੇ ਇਹਨਾਂ ਨੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਬਿਨਾਂ ਦੇਰੀ ਕੀਤਿਆਂ ਪਾਣੀ ਦੀਆਂ ਵਾਟਰ ਕੈਨਨ ਤੇ ਡਾਂਗਾਂ, ਹੱਥ ਨੂੰ ਗੈਸ ਦੇ ਗੋਲੇ ਔਰ ਆਪਣਾ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ, ਤੇ ਸਤਨਾਮ ਵਾਹਿਗੁਰੂ ਜਾਪ ਕਰਦਿਆਂ ਤੇ ਉਹੀ ਕੋਟ ਪੂਰਾ ਬਾਦਲ ਵਾਲਾ ਕੈਪਟਨ ਨੇ ਵੀ ਯਾਦ ਕਰਵਾ ਦਿੱਤਾ ਕੱਲ। ਮਤਲਬ ਜਿਹੜੀਆਂ ਜਦੋਂ ਇਹ ਪ੍ਰੋਗਰਾਮ ਲਿਖਿਆ ਸੀ, ਤੁਸੀਂ ਕਿਸੇ ਮਤਲਬ ਜਥੇਬੰਦੀ ਦੇ ਨਾਂ ਥੱਲੇ ਸੀ ਜਾਂ ਸਮੁੱਚੇ ਸਿੱਖਾਂ ਦੀ ਜਾਂ ਸਾਧ ਸੰਗਤ ਵੱਲੋਂ ਸੀ? ਨਹੀਂ ਜੀ, ਇਹ ਇੱਕ ਜਥੇਬੰਦੀ, ਉੱਥੇ ਕੋਈ ਇੱਕ ਜਥੇਬੰਦੀ ਦਾ ਨਹੀਂ ਇਹਦੇ ਵਿੱਚ ਸੀਗਾ, ਉੱਥੇ ਸਾਰੇ ਹੀ। ਬੜੀ ਕੱਲ ਖੁਸ਼ੀ ਦੀ ਗੱਲ ਹੋਈ ਕਿ ਦਮਦਮੀ ਟਕਸਾਲ ਨਾਲ ਸੰਬੰਧਿਤ ਸਾਡੇ ਸਿੰਘ, ਕਾਫੀ ਸਿੰਘ ਆਏ,
ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਕਾਫੀ ਸਿੰਘ ਆਏ, ਨਿਹੰਗ ਸਿੰਘ ਵਿੱਚੋਂ ਵੀ ਸਿੰਘ ਆਏ। ਪਰ ਇਹਦੇ ਵਿੱਚ ਇੱਕ ਬੜੀ ਹੋਰ ਵੀ ਵੱਡੀ ਗੱਲ ਸੀ ਕਿ ਸਾਰੇ ਜਿੰਨੇ ਮਤਲਬ ਇਹ ਨੀ ਹੈਗਾ ਕਿ ਕੋਈ ਜਿੱਦਾਂ ਕੋਈ ਵਿਦਿਆਲਾ ਚਰਾ ਲਿਆ ਉਹ ਆਇਆ ਜਾਂ ਦੂਜਾ, ਜਿਹੜੇ ਘਰਾਂ ਵਿੱਚ ਕਿਰਤ ਕਰਦੇ ਨੇ ਉਹ ਸਿੱਖ ਹੋਏ ਹੈ, ਭਾਵੇਂ ਉਹ ਸੰਪਰਦਾਵਾਂ ਨਾਲ ਸੰਬੰਧਿਤ ਨੇ ਚਾਹੇ ਕਾਲਜਾਂ ਨਾਲ ਸੰਬੰਧਿਤ ਨੇ, ਪਰ ਘਰਾਂ ਵਿੱਚ ਕਿਰਤ ਕਰਨ ਵਾਲੇ ਕੋਈ ਖੇਤੀ ਕਰਦਾ ਜਾਂ ਕੋਈ ਛੋਟੀ ਮੋਟੀ ਜੋਬ ਕਰਦਾ, ਉਹ ਲੋਕ ਸਾਰੇ ਇਕੱਠੇ ਹੋਏ ਸੀ ਕੱਲ। ਠੀਕ ਹੈ, ਜਥੇਬੰਦਕ ਵੱਡੀ ਜਥੇਬੰਦੀ ਦਾ ਕੋਈ ਨਾਰਾ ਨਹੀਂ ਸੀ ਹੈਗਾ, ਮਤਲਬ ਕਿਸੇ ਇੱਕ ਦੂਸਰਾ ਜਿੱਦਾਂ ਤੁਸੀਂ ਕਿਹਾ ਵੀ ਇਹਦੇ ਚ ਇੱਕ ਜਿੱਦਾਂ ਤੁਸੀਂ ਸੱਦਾ ਦਿੱਤਾ ਸੀ ਇੱਥੇ ਆਉਣ ਬਾਰੇ ਜਾਂ ਕਿ ਵੈਸੇ ਹੀ ਪ੍ਰੋਗਰਾਮ ਲਿਖਿਆ ਸੀਗਾ ਬਈ ਜਿਹੜਾ ਹੁਣ ਇੱਥੇ ਚਲੋ ਇਹ ਵੀ ਸਵਾਲ ਆ ਵੈਸੇ ਸੰਗਤਾਂ ਚ ਇੱਥੇ ਕਿਉਂਕਿ ਚਰਚਾ ਰਾਤ ਦੀ ਛਿੜੀ ਹੋਈ ਆ ਵੀ ਇਸ ਮੋਰਚੇ ਜਿਹੜਾ ਕੱਲ ਹੋਇਆ ਇਹਦੇ ਚੋਂ ਬਰਗਾੜੀ ਮੋਰਚੇ ਦੇ ਜਿਹੜੇ ਮਤਲਬ ਉਸ ਵੇਲੇ ਦੇ ਆਗੂ ਉਹਨਾਂ ਚੋਂ ਕੋਈ ਨਹੀਂ ਦਿਸਿਆ। ਦੇਖੋ ਜੀ ਸੋਸ਼ਲ ਮੀਡੀਆ ਤੇ ਵੀ ਇਹ ਕਾਫੀ ਘੁੰਮ ਗਿਆ ਸੀਗਾ ਕਿ ਉੱਥੇ 19 ਤਰੀਕ ਨੂੰ ਹੋ ਰਿਹਾ ਆਪਣਾ ਵਾਹਿਗੁਰੂ, 22 ਤਰੀਕ ਨੂੰ ਹੋ ਰਿਹਾ ਸਾਰਾ ਹੀ ਸੀ, ਪਰ ਕੋਈ ਨਹੀਂ ਆ ਰਿਹਾ ਉਹਦਾ ਕਾਰਨ ਤੇ ਉਹ ਦੱਸ ਸਕਦਾ ਨਾ ਕਿ ਉਹ ਕਿਉਂ ਨਹੀਂ ਆ ਰਿਹਾ। ਜਿਹਨਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਜਾਂ ਇਹ ਰਿਪੋਰਟ ਕਲੂਜਰ ਹੋਰ ਦੇ ਨਾਲ ਹਿਰਦਿਆਂ ਤੇ ਠੇਸ ਵੱਜੀ ਸੀ ਉਹ ਲੋਕ ਪਹੁੰਚੇ ਆ, ਜਿਹੜੇ ਨਹੀਂ ਪਹੁੰਚੇ ਉਹਦਾ ਜਵਾਬ ਤਾਂ ਉਹ ਦੇ ਸਕਦੇ, ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਜੀ। ਤੇ ਪਹਿਲਾਂ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਉੱਥੇ ਜਿੱਦਾਂ ਹੁਣ ਕੱਲ ਪਾਣੀ ਦੀਆਂ ਉਹਨੀ ਵਿਛਾਲਾਂ ਛੱਡੀਆਂ ਤੇ ਕਾਫੀ ਸਿੰਘ ਜ਼ਖਮੀ ਵੀ ਹੋ ਗਏ ਆ, ਤੇ ਜਿੱਦਾਂ ਹੁਣ ਵੀ ਤੁਸੀਂ ਮੇਰਾ ਖਿਆਲ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਇਸ ਵੇਲੇ ਹਸਪਤਾਲ ਦੇ ਵਿੱਚ ਆ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਸਿੰਘ ਜ਼ਖਮੀ ਹੋਏ ਆ ਉਹਨਾਂ ਦੀ ਕੀ ਹਾਲਾਤ ਆ? ਉਹਦੇ ਵਿੱਚ ਇੱਕ ਬੂਟਾ ਸਿੰਘ ਹੈਗੇ ਆ ਪਿੰਡ ਲੋਕਾ ਜ਼ਿਲ੍ਹਾ ਫਿਰੋਜ਼ਪੁਰ ਤੋਂ, ਉਹਨਾਂ ਦੇ ਕਾਫੀ ਸੱਟ ਵੱਜੀ ਆ, ਉਹਨਾਂ ਦੀ ਬਾਂਹ ਨੂੰ ਫ੍ਰੈਕਚਰ ਆਇਆ, ਉਹਨਾਂ ਦਾ ਆਪਰੇਟ ਹੋ ਗਿਆ ਆ, ਹੁਣ ICU 'ਚ ਆ। ਤੇ ਦੋ ਨੌਜਵਾਨ ਜਿਹੜੇ ਹੈਗੇ ਆ, ਇੱਕ ਦੇ ਕੰਨ ਦੇ ਪਰਦੇ 'ਚ ਫ੍ਰੈਕਚਰ ਸੀਗਾ, ਉਹ ਇੱਥੇ ਹੈਗਾ ਸਾਡੇ ਕੋਲ ਆ, ਹੁਣ ਠੀਕ ਨੇ। ਤੇ ਇੱਕ ਨੌਜਵਾਨ ਹੈਗਾ ਉਹਦੀ ਲੱਤ ਨੂੰ ਕਾਫੀ ਇੰਜਰਡ ਹੋਈ ਆ, ਪਰ ਆਪਰੇਟ ਦੀ ਸ਼ਾਇਦ ਲੋੜ ਨਾ ਪਵੇ। ਠੀਕ ਹੈ, ਕਿੰਨੇ ਟੋਟਲ ਜਿਹੜੇ ਸਿੰਘ ਜ਼ਖਮੀ ਹੋਏ ਆ ਕਿੰਨੇ ਆ? ਇਹ ਤਿੰਨ ਇੱਥੇ ਨੇ ਤੇ ਇੱਕ ਗੁਰਸਿੱਖ ਪਿਆਰਾ ਉਹ ਮੋਹਾਲੀ ਦੇ ਵਿੱਚ ਰਹਿ ਗਿਆ, ਉਹਨਾਂ ਦੇ ਵੀ ਕੱਲ ਸੱਟ ਸੀ, ਉਹ ਹੈ ਹੀ ਮੋਹਾਲੀ ਦੇ ਸੀਗੇ, ਉਹ ਉੱਥੇ ਰਹਿ ਗਏ ਨੇ ਮੋਹਾਲੀ 'ਚ। ਅੱਛਾ, ਤੇ ਇਹਨਾਂ ਨੂੰ ਤੁਸੀਂ ਆਪ ਲੈ ਕੇ ਇੱਥੇ ਆਏ ਆ ਹਸਪਤਾਲ ਜਾਂ ਕਿ ਪ੍ਰਸ਼ਾਸਨ ਨੇ ਕੋਈ ਉਹਨਾਂ ਨੂੰ ਇੱਥੇ ਲਿਆਉਂਦੇ? ਨਹੀਂ ਜੀ ਨਹੀਂ, ਪ੍ਰਸ਼ਾਸਨ ਨੇ ਤੇ 3-4 ਘੰਟੇ ਉੱਥੇ ਕਹਿ ਲਓ ਕਿ ਖੱਜਲ ਖੁਆਰ ਕਰਕੇ ਫਸਟ ਏਡ ਵੀ ਨਹੀਂ ਦਿੱਤਾ ਹਰਬ। ਮੈਂ ਫਿਰ ਅਸੀਂ ਸੋਚਿਆ ਕਿ ਨਹੀਂ ਭਾਈ ਇਹ ਸਿੰਘ ਸਾਡੇ ਨਾਲ ਆਏ ਨੇ, ਸਾਰੇ ਕਿਰਤ ਕਰਨ ਵਾਲੇ ਆ ਗੁਰਮੁਖ ਪਿਆਰੇ, ਇਹਨਾਂ ਨੂੰ ਆਪਾਂ ਆਪਣੇ ਉੱਥੇ ਜਲੰਧਰ ਲੈ ਚੱਲੀਏ ਤੇ ਪ੍ਰਾਈਵੇਟ ਇਹਦਾ ਇਹਨਾਂ ਦਾ ਇਲਾਜ ਕਰਵਾ ਰਹੇ ਹਾਂ। ਠੀਕ ਹੈ, ਗਲੋਬਲ ਹਸਪੀਟਲ ਤੋਂ। ਹਾਂਜੀ, ਤੇ ਜਿੱਦਾਂ ਹੁਣ ਤੁਹਾਨੂੰ ਜਿਹੜੀ ਉੱਥੇ ਮਤਲਬ ਰੋਕ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਕੀਤੀ ਆ ਜਾਂ ਕਿ ਚੰਡੀਗੜ੍ਹ ਪੁਲਿਸ ਨੇ ਕੀਤੀ? ਨਹੀਂ ਜੀ, ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਸਾਂਝੀ ਗੱਲ ਕੀਤੀ ਆ। ਪੰਜਾਬ ਪੁਲਿਸ ਦਾ ਮੋਹਰੀ ਰੋਲ ਸੀਗਾ, ਪੰਜਾਬ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਹੀ ਇਹ ਗੱਲ ਸਾਰੀ ਕੀਤੀ ਆ, ਕਿਉਂਕਿ ਜੇ ਚੰਡੀਗੜ੍ਹ ਚ ਇੰਟਰ ਹੋਏ ਹੁੰਦੇ ਤੇ ਤਾਂ ਚੰਡੀਗੜ੍ਹ ਪੁਲਿਸ ਨੂੰ ਵੱਧ ਦੋਸ਼ ਦਿੰਦੇ, ਕਿਉਂਕਿ ਗੱਲ ਮੈਂ ਪੰਜਾਬ ਪੁਲਿਸ ਤੇ ਖੋਸਾ ਸਾਹਿਬ ਗੱਲ ਤਾਂ ਕਰ ਰਿਹਾ ਕਿ ਕਿਉਂਕਿ ਬਰਗਾੜੀ ਮੋਰਚੇ ਦੇ ਵਿੱਚ ਮੈਂ ਖੁਦ ਵੀ ਉੱਥੇ ਜਾ ਕੇ ਦੇਖਿਆ, ਉਸ ਵੇਲੇ ਪੰਜਾਬ ਸਰਕਾਰ ਬੜਾ ਦਾਅਵਾ ਕਰਦੀ ਸੀ ਜਾਂ ਕਹਿ ਰਹੇ ਸੀ, ਉਹਨਾਂ ਦੇ ਮੰਤਰੀ ਵੀ ਉੱਥੇ ਸਟੇਜ ਤੇ ਆ ਕੇ ਕਹਿ ਰਹੇ ਸੀ ਵੀ ਸਾਨੂੰ ਬਹੁਤ ਦੁੱਖ ਹੋਇਆ ਬਰਗਾੜੀ ਦਾ ਜਿਹੜਾ ਮੁੰਜਾ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਤੇ ਮਸਲਾ ਤਾਂ ਉਹੀ ਸੀਗਾ ਬਰਗਾੜੀ ਵਾਲਾ ਹੀ, ਤੇ ਇੱਥੇ ਉਹ ਤੁਹਾਡੇ ਤੇ ਵਿਛਾੜਾਂ ਕਰ ਰਹੇ ਆ
ਤੇ ਤੁਹਾਨੂੰ ਰੋਕ ਰਿਹਾ ਤੇ ਅੱਗੇ ਸ਼ਾਂਤਮਈ ਜਾਣਮ ਨਹੀਂ ਦੇ ਰਿਹਾ ਤੇ ਬਰਗਾੜੀ ਦੇ ਵਿੱਚ ਉਹਨਾਂ ਨੇ 6 ਮਹੀਨੇ ਮੋਰਚਾ ਚੱਲਿਆ ਤੇ ਉੱਥੇ ਤੇ ਕੋਈ ਇੱਦਾਂ ਦੀ ਗੱਲ ਕੀਤੀ ਨਹੀਂ। ਦੇਖੋ ਜੀ, ਮੈਂ ਤਾਂ ਵਾਰ ਵਾਰ ਮੀਡੀਆ ਕੋਲ ਕਈ ਵਾਰ ਵੱਖ ਵੱਖ ਚੈਨਲਾਂ ਨੂੰ ਇਹ ਬੇਨਤੀ ਕਰ ਚੁੱਕਿਆ ਵਾਂ ਕਿ ਇਹ ਜਿਹੜਾ ਕੈਪਟਨ ਹੈਗਾ ਆ, ਇਹ ਬਰਗਾੜੀ ਦੀ ਧਰਤੀ ਤੇ ਜਾ ਕੇ ਜਦੋਂ ਇਹ ਮੰਦਭਾਗਾ ਕਾਂਡ ਵਾਪਰਿਆ ਸੀ 2015 'ਚ, ਇਹ ਗੱਲ ਕਹਿੰਦਾ ਸੀ ਕਿ ਬਾਦਲ ਦੇ ਟੱਬਰ ਵੱਲ ਨੂੰ ਪੈੜਾਂ ਜਾਂਦੀਆਂ ਨੇ, ਅਸੀਂ ਆਹ ਕਰ ਦਿਆਂਗੇ, ਅਸੀਂ ਪੁੱਠੇ ਟੰਗ ਦਿਆਂਗੇ, ਅਸੀਂ ਫਾਹੇ ਲਾ ਦਿਆਂਗੇ ਧਰਤੀ ਵਾਲਿਆਂ ਨੂੰ, ਠੀਕ ਹੈ, ਇਹਨਾਂ ਨੇ ਏਦਾਂ ਕੀਤਾ ਉੱਦਾਂ। ਪਰ ਜਦੋਂ ਹੁਣ ਆਪਣੀ ਵਾਰੀ ਆਈ ਆ ਤੇ ਉਹਨਾਂ ਨੇ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਦੇ ਉੱਤੇ ਗੋਲੀਆਂ ਚਲਾ ਕੇ 2 ਸ਼ਹੀਦ ਕੀਤੇ ਸੀ ਤੇ ਲੱਤਾਂ ਬਾਹਾਂ ਤੋੜੀਆਂ ਸੀ, ਤੇ ਇਹਨਾਂ ਨੇ ਵੀ ਉਹੀ ਕੰਮ ਕੀਤਾ। ਘੱਟ ਤਾਂ ਇਹਨਾਂ ਨੇ ਵੀ ਨਹੀਂ ਗੁਜ਼ਾਰੀ ਹੈਗੀ। ਇਹ ਤਾਂ ਦੇਖੋ ਜੀ, ਬਾਦਲ ਕੇ ਟੱਬਰ ਕੋਲ 84 ਵਾਲਾ ਮੁੱਦਾ ਹੈ ਵੋਟਾਂ ਨੂੰ ਕੈਪਚਰ ਕਰਨ ਲਈ, ਇਹਨਾਂ ਕੋਲ ਬੇਅਦਬੀ ਕਾਂਡ ਆ ਗਿਆ, ਹੈਗੇ ਦੋਨੇ ਇੱਕੋ ਜਿਹੇ ਨੀ। ਤੇ ਮੈਨੂੰ ਤਾਂ ਇਹ ਸ਼ੱਕ ਵੀ ਆ ਤੇ ਲਗਭਗ ਯਕੀਨ ਵੀ ਆ, ਸ਼ੱਕ ਨਹੀਂ ਮੈਂ ਯਕੀਨ ਨਹੀਂ ਇਹ ਗੱਲ ਕਹਿ ਸਕਦਾ ਕਿ ਸਾਰੀ ਜਿਹੜੀ ਪ੍ਰਕਿਰਿਆ ਆ ਸੌਦਾ ਸਾਧ ਦੇ ਚੇਲਿਆਂ ਨੂੰ ਖੁਸ਼ ਕਰਨ ਵਾਸਤੇ ਤੇ ਹਰਿਆਣੇ ਦੀ ਇਲੈਕਸ਼ਨ ਜਿਹੜੀ ਵਿਧਾਨ ਸਭਾ ਦੀ ਆ ਰਹੀ ਉਹਨੂੰ ਜਿੱਤਣ ਵਾਸਤੇ ਤੇ ਬਿੱਟੂ ਦੀ ਸੰਸਕਾਰ ਤੋਂ ਪਹਿਲਾਂ, ਬਿੱਟੂ ਦੇ ਸੰਸਕਾਰ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਉਹ ਪੂਰੇ ਕਰਨ ਵਾਸਤੇ ਵਾਇਆ CBI ਕਲੀਨ ਚਿੱਟ ਦਵਾਈ ਜਾ ਰਹੀ ਆ। ਹਾਂ, ਹੁਣ ਆਪਾਂ ਆ ਜਾਂਦੇ CBI ਦੀ ਗੱਲ ਤੇ, ਕਿਉਂਕਿ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ CBI ਤੋਂ ਜਾਂਚ ਜਿਹੜੀ ਆ ਵਾਪਸ ਲੈ ਰਹੇ ਹਾਂ, ਤੇ ਇਹ ਜਾਂਚ ਜਿਹੜੀ ਆ ਵੱਖਰੀ ਨਵੀਂ ਸੈੱਟ ਜਿਹੜੀ ਪਹਿਲਾਂ ਤਾਂ ਇੱਕ ਜਿਹੜੀ ਖੱਟੜਾ ਸਾਹਿਬ ਦੀ ਸੈੱਟ ਆ ਉਹਨੇ ਤਾਂ ਆਪਣੀ ਰਿਪੋਰਟ ਦੇ ਦਿੱਤੀ ਸੀ, ਉਸ ਤੋਂ ਬਾਅਦ ਜਿਹੜੀ ਆ ਨਵੀਂ ਸੈੱਟ ਬਣਾਈ ਆ ਜਿਹੜੀ ਹੁਣ ਇਨਕੁਆਇਰੀ ਕਰਦੀ ਸੀ। ਜੇ ਪੰਜਾਬ ਸਰਕਾਰ ਨੇ ਮਤਲਬ CBI ਤੋਂ ਆਪਣਾ ਇਹ ਕੇਸ ਹੀ ਵਾਪਸ ਲੈ ਲਿਆ ਸੀ ਤੇ ਹੁਣ ਇਹ ਕੀ ਮਹਿਨਾ ਸੀਗਾ ਜਿਹੜੀ CBI ਕਲੋਜ਼ਰ ਰਿਪੋਰਟ ਜਿਹੜੀ ਪੇਸ਼ ਕਰ ਰਹੀ ਉਹਦਾ ਕੀ ਮਤਲਬ ਰਹਿ ਜਾਂਦਾ ਜੇ ਪੰਜਾਬ ਸਰਕਾਰ ਨੇ ਮਤਾ ਪਾਸ ਕਰਤਾ ਹੀ? ਨਹੀਂ ਜੀ, ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਸਮਾਂ ਮੰਗਦਾ। ਪਤਾ ਹੈ ਕੀ ਆ, ਸਿੱਖ ਕੌਮ ਨੂੰ ਗੁੰਮਰਾਹ ਹੀ ਕੀਤਾ ਜਾ ਰਿਹਾ। ਉਦੋਂ ਜਦੋਂ CBI ਤੋਂ ਕੇਸ ਵਾਪਸ ਲੈਣ ਦੀ ਗੱਲ ਕੀਤੀ ਸੀ ਤੇ ਉਦੋਂ ਦੂਜੀ ਧਿਰਾਂ ਨੇ ਕੋਰਟ ਵਿੱਚ ਕਹਿ ਦਿੱਤਾ ਸੀਗਾ ਅਕਾਲੀ ਦਲ ਵਾਲਿਆਂ ਨੇ ਕਿ ਇਹ ਇਹਦੀ ਜਾਂਚ ਕਿੱਦਾਂ ਸੈੱਟ ਕਰ ਸਕਦੀ ਹੈ, ਇਹਦੀ ਜਾਂਚ ਆਲਰੇਡੀ CBI ਕਰ ਰਹੀ ਆ ਤੇ ਉਦੋਂ ਬੈਕ ਮੁੜੇ ਸੀ। ਇਹਦੇ ਵਿੱਚ ਦੇਖੋ ਜੀ, ਭਗਤਾ ਭਾਈ ਕਾ ਮੰਨ ਕੇ ਇਹ ਬੇਅਦਬੀਆਂ ਵੱਖ ਵੱਖ ਹੋਈਆਂ ਨੇ, ਉਹ ਪਰਚੇ ਵੱਖਰੇ ਨੇ। ਇਹ ਜਿਹੜਾ ਨਾ ਬਰਗਾੜੀ ਤੇ ਗੁਰਜ ਜਵਾਹਰ ਸਿੰਘ ਵਾਲਾ ਕੇਸ, ਅੱਜ ਤੱਕ ਪੰਜਾਬ ਸਰਕਾਰ ਜਦੋਂ ਤੋਂ ਗਵਰਨਮੈਂਟ ਆਈ ਆ ਕਾਂਗਰਸ ਦੀ, ਇਹ ਕਿਸੇ ਵੀ ਸੈੱਟ ਨੇ ਇਹਦੇ ਤੇ ਸਟੱਡੀ ਨਹੀਂ ਕੀਤੀ, ਇਹਦੇ ਤੇ ਕੰਮ ਹੀ ਨਹੀਂ ਕੀਤਾ। ਇਹ CBI ਕੋਲ ਕੇਸ ਸੀਗਾ, ਅੱਖਾਂ ਵਿੱਚ ਘੱਟਾ ਪਾਇਆ ਗਿਆ, ਕਿਉਂਕਿ 161 ਦੇ ਬਿਆਨਾਂ ਵਿੱਚ ਜਦੋਂ ਖਟੜਾ ਜੀ ਦੀ ਤੁਸੀਂ ਗੱਲ ਕਰਦੇ ਹੋ, ਉਹ ਸੈੱਟ ਦੇ ਵਿੱਚ ਜਿੱਦਣ ਇਹ ਗੱਲ ਉੱਡੀ ਆ, ਮੈਂ ਖਟੜਾ ਜੀ ਨਾਲ ਖੁਦ ਵੀ ਗੱਲ ਕੀਤੀ ਆ, ਕਹਿੰਦੇ ਦੇਖੋ ਜੀ ਇਹ ਕੇਸ ਉੱਤੇ ਅਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ, ਅਸੀਂ ਤੇ ਖੁਸਾ ਜੀ 161 ਦੇ ਬਿਆਨਾਂ ਤੇ ਮੱਲ ਕੇ ਤੇ ਭਾਈ ਭਗਤੇ ਵਾਲੀ ਬੇਅਦਬੀ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ ਸੀ। 161 ਦੇ ਬਿਆਨਾਂ ਵਿੱਚ ਬਿੱਟੂ ਨੇ ਮੰਨਿਆ ਸੀਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਉਹ ਬੁਰਜ ਤੇ ਬੁਰਜ ਤੋਂ ਚੋਰੀ ਕੀਤਾ ਆ ਤੇ ਬਰਗਾੜੀ ਵਿੱਚ ਬੇਅਦਬੀ ਅਸੀਂ ਕੀਤੀ ਹੈ। ਹਾਂ, ਕਿਉਂਕਿ ਇੱਥੇ ਆਮ ਸੰਗਤਾਂ ਇਹ ਜਾਂ ਅਸੀਂ ਬਾਹਰ ਬੈਠਾ ਸਿੱਖ ਵੀ ਇਹ ਸਮਝਦਾ ਵੀ ਜਿਹੜੇ ਖਟੜਾ ਸਾਹਿਬ ਨੇ ਉਹ ਜਿਹੜੀ ਮਤਲਬ ਤੁਸੀਂ ਕਹਿੰਦੇ ਆ ਆਪਣੇ ਜਿੱਥੇ ਗੋਲੀ ਚੱਲੀ ਆ ਤੇ ਉਹ ਕੇਸ ਦੀ ਖਟੜਾ ਸਾਹਿਬ ਨੇ ਇਨਕੁਆਇਰੀ ਕੀਤੀ ਆ ਜਾਂ ਉਹ ਸੈੱਟ ਨੇ ਕੀਤੀ ਆ, ਇਹਦਾ ਮਤਲਬ ਉਹ ਤਾਂ ਹੋਈ ਨੀ ਹਾਲੇ ਤੋਂ CBI ਕੋਈ ਸੀ ਨਹੀਂ ਜਿਹੜਾ ਨਾ ਬੁਰਜ। ਦੇਖੋ ਫਿਰ ਉੱਥੇ ਗੱਲ ਆ, ਜਿਹੜਾ ਬਾਈਬਲ ਤੇ ਕੋਟਕਪੂਰਾ ਇਹ ਦੋ ਕੇਸ ਹੋ ਗਏ, ਦੋ ਦੋ FIR ਨੇ ਤੇ ਵੱਖ ਵੱਖ ਥਾਣੇ ਨੇ, ਠੀਕ ਆ।
ਬਾਈਬਲ ਦਾ ਬਾਜਾਖਾਨਾ ਥਾਣਾ ਹੈ ਤੇ ਕੋਟਕਪੂਰੇ ਦਾ ਤੇ ਕੋਟਕਪੂਰਾ ਹੈ। ਇਹ ਦੋ ਵੱਖਰੇ ਕੇਸ ਨੇ, ਇੱਕ 307 ਦਾ, ਇੱਕ 302 ਦਾ। ਇਹਦੀ ਸੈੱਟ ਕਰ ਰਹੀ ਆ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਆ, ਇਹ 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 ਵੱਖਰਾ ਚੱਲ ਰਿਹਾ। ਜਿਹੜਾ ਬੁਰਜ ਬਰਗਾੜੀ ਤੇ ਬਾਈਬਲ, ਵਾਹਿਗੁਰੂ, ਬਰਗਾੜੀ ਤੇ ਬੁਰਜ ਜਵਾਹਰ ਸਿੰਘ, ਬੁਰਜ ਜਵਾਹਰ ਸਿੰਘ ਤੇ ਬਰਗਾੜੀ, ਬੁਰਜ ਤੋਂ ਚੋਰੀ ਹੁੰਦਾ ਉਹਦੀ ਇੱਕ ਵੱਖਰੀ FIR, ਤੇ ਜਿੱਥੇ ਅੰਗ ਖਿਲਾਰੇ ਜਾਂਦੇ ਉਹਦੀ ਵੱਖਰੀ FIR, ਕਿਉਂਕਿ 6 ਮਹੀਨੇ ਪਹਿਲਾਂ ਚੋਰੀ ਹੁੰਦਾ ਨਾ। ਉਹ ਦੋਨੇ ਹੀ FIR-ਾਂ ਜਿਹੜੀਆਂ ਆ ਉਹਨੂੰ ਪੰਜਾਬ ਪੁਲਿਸ ਨੇ ਹਜੇ ਤੱਕ ਉਹਨੂੰ ਦਿੱਤਾ ਹੀ ਨੀਗਾ। ਉਹ CBI ਕੋਲ ਸੀ ਦੋ ਕੇਸ, ਠੀਕ ਹੈ, ਮੱਲ ਕੇ, ਭਗਤਾ, ਕੋਟਕਪੂਰਾ ਤੇ ਬਹਿਬਲ। ਇਹ ਜਿਹੜੇ ਚਾਰ ਥਾਵਾਂ ਦੇ ਕੇਸ ਸੀਗੇ, ਇਹ ਪੰਜਾਬ ਪੁਲਿਸ ਦੀਆਂ ਟੀਮਾਂ ਉਹਨਾਂ ਦੇ ਉੱਤੇ ਕੰਮ ਕਰ ਰਹੀਆਂ। ਠੀਕ ਹੈ, ਤੇ ਹੁਣ ਮਤਲਬ ਜੇ ਆਪਣੀ ਜਿਹੜੀ CBI ਕਲੋਜਰ ਰਿਪੋਰਟ ਦੇਣ ਦੀ ਆ, ਜਿੱਦਾਂ ਮੇਰੇ ਖਿਆਲ ਕੱਲ ਉਹ ਪੇਸ਼ ਕਰਨੀ ਆ ਉਹਨਾਂ ਨੇ, ਤੇ ਅੱਜ ਇੱਥੇ ਦਾ, ਅੱਜ ਇੰਡੀਆ, ਇੱਥੇ ਦਾ ਪੰਜਾਬ ਦਾ ਅੱਜ ਹੈ ਨਾ, ਅੱਜ ਕਰਨੀ, ਅੱਜ 23 ਨੂੰ, ਅੱਜ 23, ਹਾਂਜੀ ਅੱਜ ਕਰਨਗੇ, ਅੱਜ ਹੋ ਗਈ ਆ। ਤੇ ਇਹ ਉਸ ਤੋਂ ਬਾਅਦ ਜਾਣੀ ਕੇਸ ਠੱਪ ਹੋ ਜਾਊਗਾ, ਇਹਨੂੰ ਕੀ ਸਮਝਿਆ ਜਾਊਗਾ ਜਾਂ ਇਹਨੂੰ ਚੈਲੰਜ ਕੀਤਾ ਜਾ ਸਕਦਾ? ਨਹੀਂ ਜੀ, ਠੱਪ ਕਿਵੇਂ ਹੋ ਜਾਊਗਾ? ਅਸੀਂ ਇਸੇ ਕਰਕੇ ਤੇ ਕੱਲ ਉਹ ਸਾਰਾ ਪ੍ਰੋਟੈਸਟ ਸੀਗਾ ਕਿ ਇਹ ਜਿਹੜਾ ਮੁੱਦਾ ਆ ਇਹਨੂੰ ਰੀਓਪਨ ਕੀਤਾ ਜਾਵੇ, ਕਿਉਂਕਿ ਬਰਗਾੜੀ ਮੋਰਚੇ ਦੇ ਮੈਂ ਕੀ ਕਵਾਂ ਹੁਣ, ਕਿ ਬਰਗਾੜੀ ਮੋਰਚੇ ਤੋਂ ਬਾਅਦ ਇਹਨੂੰ ਨਿਰਾਸ਼ਾ ਚ ਆਇਆ ਸੀ, ਜਦਕਿ ਇਹਨੂੰ ਭੁੱਲਣ ਤੇ ਭੁਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ, ਕਿੱਦਾਂ ਹੋ ਰਹੀਆਂ ਸੀਗੀਆਂ ਉਹ ਸਾਰੇ ਤੁਸੀਂ ਵੀ ਜਾਣਦੇ ਆ, ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਉਹ ਸਮਝ ਆ ਰਹੀ ਆ ਕਿ ਕਿਵੇਂ ਕਿਵੇਂ ਹੋ ਰਿਹਾ ਸੀਗਾ, ਕਿੱਦਾਂ ਕਿੱਦਾਂ ਉੱਥੇ ਮੰਤਰੀ ਆਉਂਦੇ ਆ, ਕਿੱਦਾਂ ਕਿੱਦਾਂ ਸਾਰਾ ਕੁਝ ਹੁੰਦਾ। ਪਰ ਗੁਰੂ ਕਿਰਪਾ ਕਰੇ, ਗੁਰੂ ਕੇ ਸਿੱਖ, ਕਿਉਂਕਿ ਕੁਝ ਲੋਕ ਸੋਚ ਲੈਂਦੇ ਨੇ ਮੇਰੇ ਵਰਗੇ ਕਿ ਜੇ ਮੈਂ ਨਾ ਹੋਵਾਂ ਤੇ ਸ਼ਾਇਦ ਹੋ ਸਕਦਾ ਕਿ ਗੁਰੂ ਦੀ ਕੋਈ ਗੱਲ ਹੀ ਨਾ ਕਰੇ। ਤੇ ਗੁਰੂ ਡਾਢਾ ਆ ਉਹ ਭਾਈ ਬਚਿੱਤਰ ਸਿੰਘ ਕੋਲੋਂ ਹਾਥੀ ਦਾ ਮੁਕਾਬਲਾ ਕਰਾ ਦਿੰਦੇ ਨੇ, ਗੁਰੂ ਡਾਢੇ ਆ ਉਹ ਪੰਡਿਤ ਜੀ ਹੁਣਾਂ ਕੋਲੋਂ, ਛੱਜੂ ਝੀਰ ਹੁਣਾਂ ਪੰਡਿਤ ਜੀ ਦਾ ਹੰਕਾਰ ਤੋੜਨ ਵਾਸਤੇ ਛੱਜੂ ਕੋਲੋਂ ਗੀਤਾ ਦੇ ਅਰਥ ਕਰਵਾ ਦਿੰਦੇ ਨੇ, ਤੇ ਇਸ ਕਰਕੇ ਇਹ ਮੁੱਦਾ ਕਦੇ ਵੀ ਠੰਡੇ ਬਸਤੇ ਚ ਨਹੀਂ ਪੈਣ ਦਿੱਤਾ ਜਾਊਗਾ। ਇਹ ਇਹਨੂੰ ਚੈਲੰਜ ਵੀ ਕਰਾਂਗੇ, ਜਿੱਦਾਂ ਗੁਰੂ ਨੇ ਬਲ ਬਖਸ਼ਿਆ ਇਹਦੀ ਲੜਾਈ ਲੜਾਂਗੇ। ਅਗਲੀ ਮੀਟਿੰਗ ਆਪਾਂ ਕੱਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੱਲ ਹੀ ਉੱਥੇ ਅਨਾਊਂਸ ਕਰ ਦਿੱਤਾ ਸੀਗਾ ਕਿ ਆਪਣਾ 1 ਵਜੇ ਰਾਜਗੁਰੂ ਆਪਣਾ ਅਵਤਾਰ ਨਗਰ 43 ਚੌਂਕ ਲੁਧਿਆਣਾ ਕੱਲ ਦੁਪਹਿਰੇ 1 ਵਜੇ ਮੀਟਿੰਗ 24 ਜੁਲਾਈ ਨੂੰ ਕਰ ਰਹੇ ਹਾਂ। ਉਹਦੇ ਚ ਵੀ ਜਿੰਨੇ ਪੰਥ ਦਰਦੀ ਪਹੁੰਚਣਗੇ ਉਹਨਾਂ ਨਾਲ ਰਲ ਮਿਲ ਕੇ ਅਗਲਾ ਪ੍ਰੋਗਰਾਮ ਬਣਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਜਿੰਨਾ ਚਿਰ ਬੇਅਦਬੀ ਦਾ ਇਨਸਾਫ਼ ਨਹੀਂ ਮਿਲਦਾ ਉਨਾ ਚਿਰ ਚੈਨ ਨਾਲ ਨਾ ਬੈਠੀਏ, ਤੇ ਨਾ ਹੀ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਸਾਨੂੰ ਇਹੋ ਜਿਹਾ ਜਿੱਦਾਂ ਹੁਣ ਮਤਲਬ ਆਪਾਂ ਮਿਲੇ ਕਿ ਅਸੀਂ ਆਪਾਂ ਇਹ ਮੰਨਦੇ, ਪੰਜਾਬ ਜਾਂ ਸਾਰੇ ਸਿੱਖ ਸੰਸਾਰ ਮੰਨਦਾ ਆ ਬਈ ਇਹ ਅਕਾਲੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਤੇ ਉਹਨਾਂ ਨੇ ਕੱਖ ਨਹੀਂ ਕੀਤਾ, ਤੇ ਬਹੁਤ ਆਸਾਂ ਸੀਗੀਆਂ ਲੋਕਾਂ ਨੂੰ ਵੀ ਸ਼ਾਇਦ ਜਿਹੜਾ ਕੈਪਟਨ ਆਇਆ ਵੀ ਇਹਨੂੰ ਹੁਣ ਚੰਗੀ ਮੈਜੋਰਟੀ ਵੀ ਮਿਲੀ ਆ, ਤੇ ਸ਼ਾਇਦ ਇਹ ਸਿੱਖਾਂ ਦੇ ਕੋਈ ਜਿੱਦਾਂ ਚੰਗਾ ਕੰਮ ਕਰ ਜੂਗੇ। ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਇਹ ਜਿਹੜਾ ਬੇਅਦਬੀਆਂ ਦੇ ਸੰਬੰਧ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਮਸਲੇ ਤਾਂ ਹੋਰ ਵੀ ਬਹੁਤ, ਆਪਾਂ ਇਸ ਵੇਲੇ ਬੇਅਦਬੀ ਦੀ ਗੱਲ ਕਰ ਰਹੇ ਹਾਂ, ਇਹਦੇ ਸੰਬੰਧ ਦੇ ਵਿੱਚ ਤੁਸੀਂ ਇਹਨਾਂ ਨੂੰ ਕਿੱਥੇ ਰੱਖਦੇ? ਦੇਖੋ ਜੀ, ਬੇਅਦਬੀਆਂ ਨੂੰ ਲੈ ਕੇ 78 ਸੀਟਾਂ ਜਿੱਤੀਆਂ, ਹਾਂਜੀ 70-80% ਫਾਇਦਾ ਲਿਆ ਸੀ ਕੈਪਟਨ ਸਰਕਾਰ ਨੇ। ਬੇਅਦਬੀਆਂ ਮਤਲਬ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਕੈਪਟਨ ਨੂੰ ਰਾਜਾ ਬਣਾ ਦਿੱਤਾ ਜੀ, ਐਂ ਵੀ ਕਹਿ ਲਓ ਤਾਂ, ਠੀਕ ਹੈ, ਉਸ ਮੁੱਦੇ ਨੇ ਇਹਨੂੰ ਰਾਜਾ ਬਣਾਤਾ। ਪਰ ਜਿਹੜੇ ਰਾਜੇ ਸੀ ਉਹ ਭਿਖਾਰੀ ਬਣੇ, ਠੀਕ, ਜੇ ਇਸੇ ਰਾਹ ਤੇ ਚੱਲਦਾ ਰਿਹਾ
ਤੇ ਫੇਰ ਨਦਰ ਉਠੀ ਜੇਕਰ ਇਹ ਸੁਲਤਾਨਾ ਘਾਓ ਕਰਾਏਗਾ। ਇਹ ਗੁਰੂ ਦੀਆਂ ਬੇਦਬੀਆਂ ਹੀ ਇਹਨੂੰ ਫੇਰ ਉੱਥੇ ਬਿਠਾਉਣਗੀਆਂ ਜਿੱਥੇ 10 ਸਾਲ ਬੈਠਾ ਰਿਹਾ ਸੀ। ਉਸੇ ਰਾਹ ਜਾਊਗਾ ਇਹਦਾ ਵੀ ਰਾਜ, ਜੇ ਇਹਨੇ ਇਹੀ ਰਾਹ ਅਪਣਾਇਆ ਜਿਹੜਾ ਕੱਲ ਚੰਡੀਗੜ੍ਹ ਜਾਂਦੀਆਂ ਸੰਗਤਾਂ ਤੇ ਅਪਣਾਇਆ ਹੈ ਨਾ, ਜੇ ਏਦਾਂ ਹੀ ਅਪਣਾਉਂਦਾ ਰਿਹਾ, ਇਨਸਾਫ਼ ਦੀ ਗੱਲ ਨਾ ਕੀਤੀ, ਤਾਂ ਇਹਨੂੰ ਉਸੇ ਰਾਹ ਜਾਣਾ ਪਊਗਾ ਜਿਹੜੇ ਰਾਹ ਬਾਦਲ ਖਤਰ ਗਿਆ ਸੀ। ਠੀਕ ਹੈ, ਤੇ ਖੋਸਾ ਸਾਹਿਬ ਆਖਿਰ ਦੇ ਵਿੱਚ ਜਿੱਦਾਂ ਤੁਸੀਂ ਜਿਹੜੇ ਇਹਦੇ ਸੰਬੰਧ ਦੇ ਵਿੱਚ ਜਿਹੜੀਆਂ ਮਤਲਬ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਜਾਂ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਵਾਲਾ ਕੋਈ ਵੀ ਸਿੱਖ, ਉਹ ਕੀ ਕਰੇ, ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤਾਂ ਇੱਕ ਨਿਮਾਣਾ ਸਿੱਖ ਕੀ ਮੈਸੇਜ ਦੇ ਸਕਦਾ, ਪਰ ਫਿਰ ਵੀ ਸਾਨੂੰ ਹਰ ਸਿੱਖ ਨੂੰ ਇਹ ਸਮਝਣਾ, ਸਾਨੂੰ ਅੰਦਰ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿ ਮੈਂ ਇੱਕ ਸਿੱਖ ਵਾਂ, ਮੈਂ ਜ਼ਿੰਮੇਵਾਰ ਹਾਂ, ਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲੈਣ ਲਈ ਲੜਾਈ ਲੜਨੀ, ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਜਥੇਬੰਦੀਆਂ ਦਾ, ਜਥੇਦਾਰੀਆਂ ਦਾ ਜਿਹੜਾ ਕੋਈ ਭਰਮ ਭੁਲੇਖਾ ਆ, ਉਹ ਸਾਨੂੰ ਕੱਢ ਲੈਣਾ ਚਾਹੀਦਾ ਆਮ ਗੁਰੂ ਕੇ ਸਿੱਖ ਬਣ ਕੇ, ਤੇ ਪੰਚ ਪ੍ਰਧਾਨੀ ਸਿਸਟਮ ਅਨੁਸਾਰ ਲੜਾਈ ਲੜਨੀ ਚਾਹੀਦੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਆਵਾਜ਼ ਏਕਮ ਵੱਲੋਂ ਤੁਹਾਡਾ, ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ, ਤੇ ਫੇਰ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਜਿਹੜੀ ਤੁਸੀਂ ਇਹ ਆਵਾਜ਼ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਸਾਰੇ ਜਾਣੇ ਰਲ ਮਿਲ ਕੇ ਇਹ ਜੋ ਐਡਾ ਵੱਡਾ ਮਾੜਾ ਵਰਤਾਂਤ ਵਾਪਰਿਆ ਆ, ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਢਾਹ ਲੱਗ ਰਹੀ ਆ ਪੰਜਾਬ ਵਿੱਚ, ਉਹਦੇ ਉਹਦੇ ਲਈ ਆਪਾਂ ਇਕੱਠੇ ਹੋ ਕੇ ਲੜਾਈ ਲੜ ਸਕੀਏ। ਬਹੁਤ ਬਹੁਤ ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।